ਕਰਾਇਆ ਉਹ ਦਾਨ ਦਾਨ ਵਾਸਤੇ ਕੇਰਲਾ ਵੱਲ ਵਾਸਤੇ ਅੱਜ ਤੁਸੀਂ ਦੇਖ ਸਕਦੇ ਜੇ ਕਿ ਸਾਰੇ ਕਿਸਾਨ ਮਜ਼ਦੂਰ ਇਸ ਤਰੀਕੇ ਦੇ ਨਾਲ ਰੰਗਾਂ ਦਾ ਫਰਕਾ ਕਰਕੇ ਜਿਹੜੇ ਸ਼ਹੀਦ ਬਾਰਡਰ ਤੇ ਮੌਜੂਦ ਹੈ ਜੀ ਅਸੀਂ ਔਰ ਜੋ ਸ਼ੁਭਕਰਮ ਸਿੰਘ ਜੀ ਦੇ ਸ਼ਹੀਦ ਜਿਹੜੇ ਸਾਡੇ ਕਿਸਾਨ ਮੋਰਚੇ ਦੇ ਉਹਨਾਂ ਦੀ ਅਸਥੀ ਕਲਸ਼ ਯਾਤਰਾ ਜਿਹੜੀ ਬਿਹਾਰ ਵਾਸਤੇ ਅਤੇ ਮੱਧ ਪ੍ਰਦੇਸ਼ ਵਾਸਤੇ ਜਿਹੜੀ ਆ ਉਹ ਰਵਾਨਾ ਹੋ ਰਹੀ ਆ। ਸਾਡੇ ਨਾਲ ਆਗੂ ਨੇ ਮੰਜੇ ਕੁਮਾਰ ਜੀ ਤੇ ਪਰਮਜੀਤ ਜੀ ਜਿਹੜੇ ਅਸਥੀ ਕਲਸ਼ ਯਾਤਰਾ ਦੀ ਅਗਵਾਈ ਕਰਨਗੇ ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਆਪਾਂ ਦੱਸੋ ਜੀ ਇੱਥੇ ਕਿਵੇਂ ਤੁਸੀਂ ਜਾ ਰਹੇ ਹੋ? ਅੱਜ ਹਮ ਲੋਕਾਂ ਨੇ ਸ਼ੁਭਕਰਮ ਜੀ ਕਾ ਅਸਥੀ ਕਲਸ਼ ਬਿਹਾਰ ਲੈ ਜਾ ਰਹੇ ਹੈ, ਬਿਹਾਰ ਕੇ ਲਈ ਰਵਾਨਾ ਕਰ ਰਹੇ ਹੈ ਔਰ ਵਹਾਂ ਬਿਹਾਰ ਮੇਂ ਪੂਰੇ ਬਿਹਾਰ ਕੋ ਹਮ ਲੋਗ ਅਸਥੀ ਕਲਸ਼ ਕੋ ਘੁਮਾਏਂਗੇ ਔਰ ਇਨਕੀ ਜੋ ਸਪਨੇ ਥੇ ਜੋ ਕਿਸਾਨੋਂ ਕੇ MSP ਗਰੰਟੀ ਕਾਨੂੰਨ ਕੋ ਲੇਕਰ ਕੇ ਜਾਂ ਫਿਰ ਕਿਸਾਨੋਂ ਕੋ ਜੋ 10,000 ਪੈਨਸ਼ਨ ਪ੍ਰਤੀ ਮਾਹ ਦੇਣੇ ਕੀ ਬਾਤ ਹੈ ਜਾਂ ਫਿਰ ਜੋ ਇਨਕੀ ਸਪਨੇ ਹੈ ਸਾਰੇ ਸਪਨੇ ਕੋ ਹਮ ਲੋਗ ਬਿਹਾਰ ਮੇਂ ਵੀ ਪੂਰਾ ਕਰਨੇ ਕੇ ਲਈ ਤਤਪਰ ਰਹੇਂਗੇ ਔਰ ਇਨਕੀ ਜੋ ਹਮ ਲੋਗ ਚਾਹ ਰਹੇ ਹੈ ਇਨਕੀ ਜੋ ਸਪਨਾ ਥਾ ਉਹ ਪੂਰਾ ਹੋ ਜਾਏ। ਮੈਂ ਪਰਮਜੀਤ ਸਿੰਘ, ਰਾਸ਼ਟਰੀ ਕਿਸਾਨ ਸੰਗਠਨ ਮੱਧ ਪ੍ਰਦੇਸ਼ ਸੇ। 21 फरवरी 2024 ਕੋ ਸ਼ਹੀਦ ਸ਼ੁਭਕਰਮ ਸਿੰਘ ਕਾ ਸ਼ਹਾਦਤ ਹੁਆ ਥਾ ਖਨੌੜੀ ਬਾਰਡਰ ਪੇ। ਉਨਕੀ ਜੋ ਸੋਚ ਥੀ ਔਰ ਜੋ ਸੰਗਠਨ ਕੀ ਸੋਚ ਹੈ ਉਸਕੋ ਲੈ ਕੇ ਮੱਧ ਪ੍ਰਦੇਸ਼ ਮੇਂ ਵੀ ਜਾ ਰਹੇ ਹੈਂ। ਜਹਾਂ ਪਰ ਹਮ ਲੈ ਕੇ ਜਾ ਰਹੇ ਹੈਂ ਉਹ ਮੰਦਸੌਰ ਹੈ, ਜਹਾਂ ਪਰ 6 ਜੂਨ 2017 ਕੋ 6 ਕਿਸਾਨੋਂ ਕੋ ਪੁਲਿਸ ਨੇ ਸ਼ਹੀਦ ਕਰ ਦਿਆ ਥਾ। ਉਸੀ ਜਗ੍ਹਾ ਪੇ ਹਮ ਇਸੇ ਲੈ ਕੇ ਜਾ ਰਹੇ ਹੈਂ। ਇਸਕੇ ਇਲਾਵਾ 22 अप्रैल को एक श्रद्धांजलि सभा भी हम मध्य प्रदेश के मंदसौर के पिपलिया मंडी में हम रखने जा रहे हैं।